ਦੋਸਤੋ ਅੱਜ ਮੈਂ ਫੇਰ ਹਾਜ਼ਰ ਹੋਇਆ ਇੱਕ ਨਵੀਂ ਜਾਣਕਾਰੀ ਲੈ ਕੇ ਅੱਜ ਗੱਲ ਕਰਾਂਗੇ ਕੈਂਸਰ ਰੋਗ ਦੇ ਬਾਰੇ ਦੋਸਤੋ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਕੈਂਸਰ ਇੱਕ ਬਹੁਤ ਹੀ ਖਤਰਨਾਕ ਤੇ ਜਾਨਲੇਵਾ ਬਿਮਾਰੀ ਹੈ ਪਰ ਜੇਕਰ ਪਹਿਲੇ ਲੈਵਲ ਤੇ ਪਹਿਲੀ ਸਟੇਜ ਦੇ ਉੱਤੇ ਇਸ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ ਅਤੇ ਵਿਅਕਤੀ ਦੀ ਜਾਨ ਵੀ ਬਚ ਜਾਂਦੀ ਹੈ ਸੋ ਦੋਸਤੋ ਸਾਨੂੰ ਕੈਂਸਰ ਦੇ ਲੱਛਣਾਂ ਦੇ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ ਇਸ ਵੀਡੀਓ ਦੇ ਵਿੱਚ ਅਸੀਂ ਕੁਝ ਖਾਸ ਕਿਸਮ ਦੇ ਜੋ ਕੈਂਸਰ ਪਾਏ ਜਾਂਦੇ ਹਨ ਉਹਨਾਂ ਦੇ ਲੱਛਣਾਂ ਦੇ ਬਾਰੇ ਜਾਣਾਂਗੇ ਤਾਂ ਕਿ ਸਾਨੂੰ ਨੌਲੇਜ ਹੋਵੇ ਕਿ ਇਹ ਜੋ ਲੱਛਣ ਸਰੀਰ ਦੇ ਵਿੱਚ ਪਾਏ ਜਾ ਰਹੇ ਹਨ ਇਹ ਕੈਂਸਰ ਦੇ ਹਨ ਅਤੇ ਅਸੀਂ ਆਪਣਾ ਡਾਕਟਰੀ ਮੁਆਇਨਾ ਸਮੇਂ ਸਿਰ ਕਰਾ ਸਕੀਏ ਨੰਬਰ 1 ਚਮੜੀ ਦੇ ਉੱਪਰ ਬਦਲਾਅ ਦੋਸਤੋ ਸਾਡੀ ਚਮੜੀ ਦੇ ਉੱਪਰ ਕੁਝ ਦਾਗ ਧੱਬੇ ਕਈ ਵਾਰੀ ਬਣ ਜਾਂਦੇ ਹਨ ਅਤੇ ਉਹਨਾਂ ਦਾ ਆਕਾਰ ਬਦਲਦਾ ਰਹਿੰਦਾ ਹੈ ਪਰ ਸਾਡੇ ਸਰੀਰ ਦੇ ਵਿੱਚ ਕੁਝ ਖਾਸ ਕਿਸਮ ਦੇ ਕਈ ਵਾਰ ਦਾਗ ਧੱਬੇ ਜੇਕਰ ਬਣਨ ਲੱਗਣ ਉਹ ਦੂਸਰੇ ਦਾਗ ਧੱਬਿਆਂ ਦੇ ਨਾਲੋਂ ਕੁਝ ਅਲੱਗ ਲੱਗਣ ਉਹਨਾਂ 'ਚ ਥੋੜੀ ਥੋੜੀ ਦਰਦ ਹੋਵੇ ਤਾਂ ਉਹਨਾਂ ਨੂੰ ਸਾਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਉਹਨਾਂ ਦਾ ਸਾਨੂੰ ਡਾਕਟਰੀ ਮੁਆਇਨਾ ਕਰਾਉਣਾ ਚਾਹੀਦਾ ਕਿਉਂਕਿ ਇਹ ਚਮੜੀ ਦੀ ਕੈਂਸਰ ਹੋ ਸਕਦੀ ਹੈ ਨੰਬਰ 2 ਲਗਾਤਾਰ ਖੰਘ ਆਉਣਾ ਦੋਸਤੋ ਜੇਕਰ ਤੁਸੀਂ ਤੁਮਰਪਾਨ ਨਹੀਂ ਕਰਦੇ ਸਿਗਰਟ ਬੀਡੀ ਨਹੀਂ ਪੀਂਦੇ ਤਾਂ ਫਿਰ ਵੀ ਤੁਹਾਨੂੰ ਲਗਾਤਾਰ ਖੰਘ ਰਹਿੰਦੀ ਹੈ ਅਤੇ ਇਹ ਖੰਘ ਕੁਝ ਵੱਖਰੇ ਕਿਸਮ ਦੀ ਖੰਘ ਹੈ ਅਤੇ ਖੰਘ ਦੇ ਨਾਲ ਕਈ ਵਾਰੀ ਜੇਕਰ ਤੁਹਾਨੂੰ ਖੂਨ ਵੀ ਆਉਂਦਾ ਹੈ ਤਾਂ ਇਸ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਦੋਸਤੋ ਇਹ ਖੰਘ ਫੇਫੜਿਆਂ ਦੇ ਕੈਂਸਰ ਦਾ ਕਾਰਨ ਹੋ ਸਕਦੀ ਹੈ ਨੰਬਰ 3 ਔਰਤਾਂ ਦੀ ਛਾਤੀ ਦਾ ਕੈਂਸਰ ਔਰਤਾਂ ਦੀ ਛਾਤੀ ਵਿੱਚ ਉਮਰ ਦੇ ਹਿਸਾਬ ਦੇ ਨਾਲ ਬਦਲਾਅ ਆਉਂਦੇ ਰਹਿੰਦੇ ਹਨ ਔਰਤਾਂ ਨੂੰ ਹਮੇਸ਼ਾ ਆਪਣੀ ਛਾਤੀ ਨੂੰ ਘੱਟੋ ਘੱਟ ਮਹੀਨੇ ਦੇ ਵਿੱਚ ਇੱਕ ਵਾਰੀ ਦਬਾ ਕੇ ਜਰੂਰ ਦੇਖਣਾ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਗੰਢ ਤਾਂ ਨਹੀਂ ਬਣੀ ਜਾਂ ਇਹ ਦੇਖਣਾ ਚਾਹੀਦਾ ਹੈ ਕਿ ਜੋ ਨਿੱਪਲ ਹਨ ਛਾਤੀ ਤੇ ਉਹਨਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਬਦਲਾਅ ਤਾਂ ਨਹੀਂ ਆਇਆ ਕਿਸੇ ਤਰ੍ਹਾਂ ਦੀ ਲਾਲਗੀ ਤਾਂ ਨਹੀਂ ਆਈ ਕਿਸੇ ਤਰ੍ਹਾਂ ਦੀ ਕੋਈ ਖਾਰਿਸ਼ ਤਾਂ ਨਹੀਂ ਹੈ ਜਾਂ ਫਿਰ ਮੱਠਾ ਮੱਠਾ ਦਰਦ ਲਗਾਤਾਰ ਤਾਂ ਨਹੀਂ ਰਹਿੰਦਾ ਜੇਕਰ ਇਹਨਾਂ ਦੇ ਵਿੱਚੋਂ ਕੋਈ ਵੀ ਸਮੱਸਿਆ ਤੁਹਾਨੂੰ ਲੱਗਦੀ ਹੈ ਤਾਂ ਡਾਕਟਰ ਦੀ ਸਲਾਹ ਦੇ ਮੁਤਾਬਕ ਐਮ ਆਰ ਆਈ ਕਰਾਉਣੀ ਚਾਹੀ ਅਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਨੰਬਰ 4 ਪੇਟ ਦੇ ਹੇਠਲੇ ਹਿੱਸੇ ਤੇ ਮੋਟਾਪਾ ਦੋਸਤੋ ਸਾਡੇ ਪੇਟ ਦੇ ਹੇਠਲੇ ਹਿੱਸੇ ਤੇ ਮੋਟਾਪਾ ਸਾਡੀ ਮਾੜੀ ਖੁਰਾਕ ਮਾਨਸਿਕ ਪਰੇਸ਼ਾਨੀ ਜਾਂ ਸਰੀਰਕ ਕਸਰਤ ਘੱਟ ਹੋਣ ਦੇ ਕਰਕੇ ਵੀ ਹੋ ਸਕਦਾ ਹੈ ਪਰ ਜੇਕਰ ਸਰੀਰ ਥਕਾਵਟ ਮਹਿਸੂਸ ਕਰੇ ਭਾਰੀ ਘਟਨਾ ਸ਼ੁਰੂ ਹੋ ਜਾਵੇ ਲੱਤ ਦੇ ਵਿੱਚ ਵੀ ਦਰਦ ਰਹੇ ਅਤੇ ਪੇਟ ਦਾ ਹੇਠਲਾ ਹਿੱਸਾ ਵੀ ਮੋਟਾ ਹੋਣਾ ਸ਼ੁਰੂ ਹੋ ਜਾਵੇ ਤਾਂ ਇਸ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਔਰਤਾਂ ਦੇ ਵਿੱਚ ਇਹ ਮੋਟਾਪਾ ਬੱਚੇਦਾਨੀ ਦਾ ਕੈਂਸਰ ਹੋ ਸਕਦਾ ਹੈ ਨੰਬਰ 5 ਪਿਸ਼ਾਬ ਕਰਨ ਦੇ ਵਿੱਚ ਸਮੱਸਿਆ ਬਹੁਤ ਸਾਰੇ ਮਰਦਾਂ ਦੇ ਵਿੱਚ ਮੂਤਰ ਪ੍ਰਣਾਲੀ ਦੇ ਨਾਲ ਜੁੜੀਆਂ ਸਮੱਸਿਆਵਾਂ ਵਾਧਦੀ ਹੋਈ ਉਮਰ ਦੇ ਨਾਲ ਆਉਣ ਲੱਗਦੀਆਂ ਹਨ ਜਿਵੇਂ ਕਿ ਪਿਸ਼ਾਬ ਦਾ ਰਿਸਣਾ ਖੁੱਲ ਕੇ ਪਿਸ਼ਾਬ ਨਾ ਆਉਣਾ ਆਦ ਇਹ ਸਮੱਸਿਆ ਮੂਤਰ ਪ੍ਰਣਾਲੀ ਦੇ ਇੱਕ ਅੰਗ ਦੇ ਕਰਕੇ ਹੁੰਦੀ ਹੈ ਜਿਸ ਨੂੰ ਕਿ ਪ੍ਰੋਸਟੇਟ ਕਹਿੰਦੇ ਹਨ ਇਹ ਸਮੱਸਿਆ ਬਹੁਤ ਸਧਾਰਨ ਹੁੰਦੀ ਹੈ ਲੇਕਿਨ ਕਈ ਵਾਰੀ ਇਹਨੂੰ ਅਸੀਂ ਅੰਗੋਲੀਆਂ ਕਰ ਦਿੰਦੇ ਹਾਂ ਅਤੇ ਇਹ ਸਮੱਸਿਆ ਨਹੀਂ ਰੁਕਦੀ ਅਤੇ ਹੌਲੀ-ਹੌਲੀ ਇਹ ਪ੍ਰੋਸਟੇਟ ਕੈਂਸਰ ਦਾ ਰੂਪ ਧਾਰਨ ਕਰ ਲੈਂਦੀ ਹੈ ਪ੍ਰੋਸਟੇਟ ਕੈਂਸਰ ਇੱਕ ਬਹੁਤ ਹੀ ਖਤਰਨਾਕ ਕਿਸਮ ਦੀ ਕੈਂਸਰ ਹੈ ਸੋ ਦੋਸਤੋ 50 60 ਜਾਂ 70 ਸਾਲ ਦੀ ਉਮਰ ਦੇ ਵਿੱਚ ਜੇ ਕਿਸੇ ਵੀ ਤਰ੍ਹਾਂ ਦੇ ਮੂਤਰ ਰੋਗ ਤੋਂ ਤੁਸੀਂ ਪੀੜਤ ਹੋ ਕਿਸੇ ਵੀ ਤਰ੍ਹਾਂ ਦੇ ਨਾਲ ਮੂਤਰ ਦੇ ਪ੍ਰਣਾਲੀ ਦੇ ਵਿੱਚ ਤੁਹਾਨੂੰ ਸਮੱਸਿਆ ਲੱਗਦੀ ਹੈ ਤਾਂ ਡਾਕਟਰ ਤੋਂ ਚੈੱਕਅਪ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ ਕਿ ਕਿਤੇ ਇਹ ਪ੍ਰੋਸਟੇਟ ਕੈਂਸਰ ਤਾਂ ਨਹੀਂ ਬਣ ਰਹੀ ਨੰਬਰ 6 ਸਰੀਰ ਦੇ ਕੁਝ ਖਾਸ ਜੋੜਾਂ ਦੀ ਕੈਂਸਰ ਦੋਸਤੋ ਸਾਡੇ ਸਰੀਰ ਦੇ ਵਿੱਚ ਕੁਝ ਖਾਸ ਤਰ੍ਹਾਂ ਦੇ ਜੋੜ ਹੁੰਦੇ ਹਨ ਇਹਨਾਂ ਜੋੜਾਂ ਦੇ ਨੇੜੇ ਕੁਝ ਦਾਣੇ ਬਣੇ ਹੁੰਦੇ ਹਨ ਜਿਵੇਂ ਕਿ ਕੰਨਾਂ ਦੇ ਪਿੱਛੇ ਅਤੇ ਕੰਨਾਂ ਤੋਂ ਬਿਲਕੁਲ ਥੱਲੇ ਢੋਣ ਦੇ ਥੱਲੇ ਅਤੇ ਕੂਣੀਆਂ ਦੇ ਉੱਤੇ ਅਤੇ ਜਾਂ ਸਰੀਰ ਦੇ ਕਈਆਂ ਜੋੜਾਂ ਦੇ ਉੱਤੇ ਇਹਨਾਂ ਨੂੰ ਲਿੰਫ ਨੋਡਸ ਕਿਹਾ ਜਾਂਦਾ ਹੈ ਪਰ ਕਈ ਵਾਰੀ ਇਹਨਾਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਦਰਦ ਰਹਿਣ ਲੱਗਦੀ ਹੈ ਤਾਂ ਇਹਨਾਂ ਦੇ ਵਿੱਚ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਸਮੱਸਿਆ ਆ ਗਈ ਹੈ ਤਾਂ ਇਹ ਸਮੱਸਿਆ ਕੈਂਸਰ ਵੀ ਹੋ ਸਕਦੀ ਹੈ ਇਨਾਂ ਹਿਸਿਆਨਾਂ ਦੇ ਵਿੱਚ ਬੰਡਰ ਹੀ ਕੈਂਸਰ ਨੂੰ ਲਿੰਫੋਮਾ ਜਾਂ ਲਿਊਕੋਮਾ ਕਹਿੰਦੇ ਹਨ ਨੰਬਰ 7 ਮਲ ਤਿਆਗਣ ਜਾਂ ਪਸ਼ਾਬ ਕਰਨ ਦੇ ਸਮੇਂ ਖੂਨ ਵਗਣਾ ਮਲ ਤਿਆਗਣ ਦੇ ਸਮੇਂ ਜੇਕਰ ਤੁਹਾਡੇ ਮਲ ਦੇ ਵਿੱਚ ਕੁਝ ਖੂਨ ਆਉਂਦਾ ਹੈ ਤਾਂ ਇਸ ਦਾ ਕਾਰਨ ਕੋਈ ਇਨਫੈਕਸ਼ਨ ਜਾਂ ਬਵਾਸੀਰ ਵੀ ਹੋ ਸਕਦੀ ਹੈ ਪਰ ਜੇਕਰ ਇਸ ਦਾ ਤੁਸੀਂ ਇਲਾਜ ਕਰਾਉਂਦੇ ਹੋ ਅਤੇ ਫਿਰ ਵੀ ਖੂਨ ਆਉਣਾ ਬੰਦ ਨਹੀਂ ਹੁੰਦਾ ਤਾਂ ਇਸ ਨੂੰ ਅਣਗੌਲੀਆਂ ਨਾ ਕਰੋ ਇਹ ਅੰਤੜੀਆਂ ਦੀ ਕੈਂਸਰ ਹੋ ਸਕਦੀ ਹੈ ਇਸੇ ਤਰ੍ਹਾਂ ਹੀ ਪਿਸ਼ਾਬ ਦੇ ਵਿੱਚ ਜੇਕਰ ਖੂਨ ਆਉਂਦਾ ਹੈ ਤਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋ ਸਕਦੀ ਹੈ ਇਸ ਦਾ ਇਲਾਜ ਕਰਵਾਓ ਸੋ ਕਦੀ ਵੀ ਜੇਕਰ ਐਸੀ ਸਥਿਤੀ ਪਾਈ ਜਾਵੇ ਕਿ ਖੂਨ ਬੰਦ ਨਹੀਂ ਹੋ ਰਿਹਾ ਇਲਾਜ ਕਰਾਉਣ ਤੇ ਵੀ ਨਹੀਂ ਬੰਦ ਹੋ ਰਿਹਾ ਤਾਂ ਇਹ ਬਲੈਡਰ ਜਾਂ ਫਿਰ ਕਿਡਨੀ ਦੀ ਕੈਂਸਰ ਹੋ ਸਕਦੀ ਹੈ ਇਸ ਦਾ ਸਮੇਂ ਸਿਰ ਮੁਆਇਨਾ ਕਰਾਉਣਾ ਚਾਹੀਦਾ ਹੈ ਨੰਬਰ 8 ਪਤਾਲੂਆਂ ਦਾ ਵਧਣਾ ਜੇਕਰ ਕਿਸੇ ਵੀ ਤਰ੍ਹਾਂ ਦਾ ਸੋਜਣ ਜਾਂ ਦਰਦ ਤੁਹਾਨੂੰ ਤੁਹਾਡੇ ਪਤਾਲੂਆਂ ਦੇ ਵਿੱਚ ਲਗਾਤਾਰ ਹੋ ਰਿਹਾ ਹੈ ਤਾਂ ਇਸ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ ਮਰਦਾਂ ਦੇ ਪਤਾਲੂਆਂ ਦੇ ਵਿੱਚ ਟਿਊਮਰ ਬਣ ਸਕਦਾ ਹੈ ਜੋ ਕਿ ਹੌਲੀ-ਹੌਲੀ ਖਤਰਨਾਕ ਕੈਂਸਰ ਦਾ ਰੂਪ ਵੀ ਧਾਰਨ ਕਰ ਸਕਦਾ ਹੈ ਨੰਬਰ 9 ਖਾਣ-ਪੀਣ ਦੇ ਵਿੱਚ ਤਕਲੀਫ ਜੇਕਰ ਤੁਹਾਨੂੰ ਖਾਣ-ਪੀਣ ਦੇ ਵਿੱਚ ਤਕਲੀਫ ਹੈ ਤੇ ਤੁਹਾਡੀ ਇਹ ਸਮੱਸਿਆ ਠੀਕ ਨਹੀਂ ਹੋ ਰਹੀ ਤਾਂ ਤੁਹਾਡੇ ਗਲੇ ਦੇ ਵਿੱਚ ਜਾਂ ਫਿਰ ਤੁਹਾਡੀ ਫੂਡ ਪਾਈਪ ਭੋਜਨ ਨਲੀ ਜੋ ਕਿ ਸੰਗ ਤੋਂ ਲੈ ਕੇ ਢਿੱਡ ਤੱਕ ਹੁੰਦੀ ਹੈ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋ ਸਕਦੀ ਹੈ ਪਰ ਜੇਕਰ ਇਲਾਜ ਕਰਾਉਣ ਤੋਂ ਬਾਅਦ ਵੀ ਇਹ ਸਮੱਸਿਆ ਤੁਹਾਡੀ ਠੀਕ ਨਹੀਂ ਹੋ ਰਹੀ ਤਾਂ ਇਸ ਨੂੰ ਅੰਗੋਲਿਆ ਨਾ ਕਰੋ ਕਿਉਂਕਿ ਇਹ ਕੈਂਸਰ ਵੀ ਹੋ ਸਕਦੀ ਹੈ ਫੂਡ ਪਾਈਪ ਦੀ ਕੈਂਸਰ ਅਤੇ ਗਲੇ ਦੀ ਕੈਂਸਰ ਬਹੁਤ ਹੀ ਖਤਰਨਾਕ ਕਿਸਮ ਦੀ ਕੈਂਸਰ ਹੁੰਦੀ ਹੈ ਅਤੇ ਜੇ ਕਿਸੇ ਵੀ ਕਿਸਮ ਦਾ ਲੱਛਣ ਤੁਹਾਨੂੰ ਲੱਗਦਾ ਹੈ ਸਰੀਰ ਦੇ ਵਿੱਚ ਤਾਂ ਇਸ ਦਾ ਡਾਕਟਰੀ ਮੁਆਇਨਾ ਜਿਹੜਾ ਜਲਦੀ ਤੋਂ ਜਲਦੀ ਕਰਵਾਉਣਾ ਚਾਹੀਦਾ ਹੈ। ਨੰਬਰ 10 ਔਰਤਾਂ ਨੂੰ ਖੂਨ ਆਉਣਾ। ਮਹਾਵਾਰੀ ਤੋਂ ਇਲਾਵਾ ਜੇਕਰ ਔਰਤਾਂ ਦੀ ਯੋਨੀ ਵਿੱਚੋਂ ਖੂਨ ਵਗਦਾ ਰਹੇ, ਸੰਭੋਗ ਤੋਂ ਬਾਅਦ ਔਰਤਾਂ ਦੀ ਯੋਨੀ ਵਿੱਚੋਂ ਹਰ ਵੇਲੇ ਖੂਨ ਨਿਕਲੇ ਤਾਂ ਇਹ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋ ਸਕਦੀ ਹੈ। ਪਰ ਇਨਫੈਕਸ਼ਨ ਦਾ ਇਲਾਜ ਕਰਨ ਤੇ ਵੀ ਜਦ ਇਹ ਠੀਕ ਨਾ ਹੋਵੇ ਤਾਂ ਇਹ ਬੱਚੇਦਾਨੀ ਦੀ ਕੈਂਸਰ ਵੀ ਹੋ ਸਕਦੀ ਹੈ। ਨੰਬਰ 11 ਭਾਰ ਦਾ ਘਟਣਾ, ਸਰੀਰ ਦਾ ਸੁਸਤ ਰਹਿਣਾ। ਦੋਸਤੋ ਆਪਣੀ ਡਾਈਟ ਤੇ ਕੰਟਰੋਲ ਕਰਕੇ ਅਤੇ ਸਰੀਰਕ ਕਸਰਤ ਕਰਕੇ ਅਸੀਂ ਆਪਣਾ ਭਾਰ ਘਟਾ ਸਕਦੇ ਹਾਂ ਪਰ ਜੇਕਰ ਸਰੀਰ ਦਾ ਭਾਰ ਆਪਣੇ ਆਪ ਹੀ ਘਟਣ ਲੱਗੇ ਸਰੀਰ ਥੱਕਿਆ ਥੱਕਿਆ ਮਹਿਸੂਸ ਕਰਨ ਲੱਗੇ ਬੁਖਾਰ ਰਹਿਣ ਲੱਗੇ ਛਾਤੀ ਦੇ ਵਿੱਚ ਜਲਣ ਰਹਿਣ ਲੱਗੇ ਤਾਂ ਆਪਣੇ ਪੂਰੇ ਸਰੀਰ ਦਾ ਮੁਆਇਨਾ ਸਾਨੂੰ ਕਿਸੇ ਚੰਗੇ ਡਾਕਟਰ ਕੋਲੋਂ ਕਰਵਾਉਣਾ ਚਾਹੀਦਾ ਹੈ ਕਿਉਂਕਿ ਦੋਸਤੋ ਇਹ ਕੈਂਸਰ ਦੇ ਲੱਛਣ ਵੀ ਹੋ ਸਕਦੇ ਹਨ ਸਾਡੇ ਸਰੀਰ ਦੇ ਵਿੱਚ ਜਿਵੇਂ ਕਿ ਬਹੁਤ ਹੀ ਤਰ੍ਹਾਂ ਦੇ ਕੈਂਸਰ ਪਾਏ ਜਾ ਸਕਦੇ ਹਨ ਇਸ ਤਰ੍ਹਾਂ ਦੇ ਲੱਛਣ ਅਗਰ ਲਗਾਤਾਰ ਹੀ ਤੁਹਾਨੂੰ ਕੁਝ ਸਾਲਾਂ ਤੋਂ ਪਾਏ ਜਾ ਰਹੇ ਹਨ ਤੇ ਆਪਣਾ ਡਾਕਟਰੀ ਮੁਆਇਨਾ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ ਦੋਸਤੋ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਜੇਕਰ ਕੈਂਸਰ ਨੂੰ ਇਹਦੀ ਮਡਲੀ ਸਟੇਜ ਦੇ ਉੱਤੇ ਪਹਿਲੇ ਲੈਵਲ ਦੇ ਉੱਤੇ ਫਰਸਟ ਸਟੇਜ ਦੇ ਉੱਤੇ ਫੜ ਲਿਆ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ। ਸੋ ਦੋਸਤੋ ਇਹਨਾਂ ਲੱਛਣਾਂ ਦੇ ਬਾਰੇ ਜਾਣਕਾਰੀ ਜਿਹੜੀ ਹੈ ਤੁਹਾਨੂੰ ਜ਼ਰੂਰ ਹੋਣੀ ਚਾਹੀਦੀ ਹੈ। ਇਸ ਕਰਕੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਕਿਰਪਾ ਕਰਕੇ ਜ਼ਰੂਰ ਸ਼ੇਅਰ ਕਰੋ ਜੀ। ਦੋਸਤੋ ਅੱਜ ਕੱਲ ਦੀ ਭੱਜ ਦੌੜ ਵਾਲੀ ਜ਼ਿੰਦਗੀ ਅਤੇ ਮਾੜੀ ਜੀਵਨ ਸ਼ੈਲੀ ਦੇ ਕਰਕੇ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਲੋਕਾਂ ਦੇ ਵਿੱਚ ਪਈਆਂ ਜਾ ਰਹੀਆਂ ਹਨ। ਜਿੰਨਾਂ ਸਮੱਸਿਆਵਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਖੂਨ ਦਾ ਗਾੜਾ ਹੋ ਜਾਣਾ, ਮਟਾਪਾ, ਲਿਵਰ ਦਾ ਵਧਣਾ, ਮਰਦਾਨਾ ਕਮਜ਼ੋਰੀ, ਵੀਰਜ ਦਾ ਪਤਲਾ ਹੋਣਾ, ਸ਼ਕਰਾਣੂ ਨਾ ਬਣਨਾ ਜਾਂ ਸ਼ਕਰਾਣੂਆਂ ਦਾ ਘੱਟ ਬਣਨਾ, ਯਾਦਾਸ਼ਕਤੀ ਕਮਜ਼ੋਰ ਹੋਣਾ, ਸਰੀਰ ਵਿੱਚ ਥਕਾਵਟ ਅਤੇ ਆਲਸ ਮਹਿਸੂਸ ਕਰਨਾ ਆਦਿ ਦੀਆਂ ਸਮੱਸਿਆਵਾਂ ਲੋਕਾਂ ਦੇ ਵਿੱਚ ਆਮ ਪਾਈਆਂ ਜਾ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਦੇ ਕੁਦਰਤੀ ਹੱਲ ਦੇ ਵਾਸਤੇ ਤੁਸੀਂ ਸਾਡੇ ਆਯੁਰਵੇਦਿਕ ਮਾਹਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਆਯੁਰਵੇਦਿਕ ਮਾਹਰਾਂ ਦੇ ਨਾਲ ਸੰਪਰਕ ਕਰਨ ਦੇ ਲਈ ਤੁਸੀਂ ਸਾਡੇ WhatsApp ਨੰਬਰ 991445 1445 ਤੇ ਮੈਸੇਜ ਕਰ ਸਕਦੇ ਹੋ ਜਾਂ ਇਸੇ ਹੀ ਫੋਨ ਨੰਬਰ ਦੇ ਉੱਤੇ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ ਸੋ ਦੋਸਤੋ ਸਾਡੇ ਆਯੁਰਵੈਦਿਕ ਮਹਾਰਾ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਸਿਹਤ ਸਮੱਸਿਆਵਾਂ ਦਾ ਹੱਲ ਆਯੁਰਵੈਦਿਕ ਅਤੇ ਮਨੋਵਿਗਿਆਨਕ ਤਰੀਕੇ ਦੇ ਨਾਲ ਕੀਤਾ ਜਾਵੇ ਦੋਸਤੋ ਜੇਕਰ ਤੁਸੀਂ ਲਗਾਤਾਰ ਸਿਹਤ ਸੰਬੰਧੀ ਅਪਡੇਟਸ ਸਿਹਤ ਸੰਬੰਧੀ ਜਾਣਕਾਰੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡਾ Facebook ਪੇਜ ਵੀ ਲਾਈਕ ਕਰੋ ਅਤੇ YouTube ਚੈਨਲ ਵੀ ਸਬਸਕ੍ਰਾਈਬ ਕਰੋ ਤਾਂ ਕਿ ਜਦੋਂ ਵੀ ਅਸੀਂ ਕੋਈ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਪਰ ਪਾਈਏ ਤਾਂ ਸਭ ਤੋਂ ਪਹਿਲਾਂ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚੇ ਆਪ ਜੀ ਦਾ ਇਹ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ